ਜਾਣਾ ਪਿਛੜ ਜਾਣਾ ਜੇ ਇਹਨਾਂ ਨੂੰ ਮਾਰਨਾ ਕੋਈ ਇਹੋ ਜਿਹੀ ਕੋਈ ਇਹਦੇ 'ਤੇ ਕੋਈ ਖਾਸ ਇੱਦਾਂ ਪਰਚਾ ਵੀ ਹੈ ਨਹੀਂ ਵੀ ਜਿਹਨੂੰ ਅਸੀਂ NSC ਲਾ ਕੇ ਬਾਹਰ ਕੱਢਿਆ ਸਾਡੀ ਸਰਕਾਰ ਤੱਕ ਇਹ ਜਿਹੜੀ ਅਤੇ ਕਾਨੂੰਨ ਦੇ ਅਨੁਸਾਰ ਵੀ ਜੇ ਕਾਨੂੰਨ ਇੱਕ ਵਾ ਭਾਰਤ ਦੇ ਵਿੱਚ ਤਾਂ ਫਿਰ ਇੱਕ ਕਾਨੂੰਨ ਹੀ ਸਾਰਿਆਂ ਲਈ ਵਰਤਿਆ ਜਾਣਾ ਚਾਹੀਦਾ ਦੂਜਿਆਂ ਲਈ ਵੱਖਰਾ ਹੋਵੇ ਇਹ ਨਹੀਂ ਇਹ ਸਾਡੀ ਬੇਨਤੀ ਪ੍ਰਵਾਨ ਕਰੋ ਔਰ ਸਾਨੂੰ ਇਹ ਚੀਜ਼ ਦਾ ਵਿਸ਼ਵਾਸ ਦਵਾਓ ਕਿ ਤੁਸੀਂ ਇਹ ਮੰਗ ਪੱਤਰ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਭੇਜ ਦਿਓ ਇੱਕ ਫੋਟੋ ਕਰਾ ਦਿਓ ਸਰ ਥੋੜ੍ਹਾ ਬਹੁਤ ਕੀ ਚਾਹੀਦਾ ਅਖਬਾਰ ਚਾਹੀਦਾ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਧੱਕੇ ਸ਼ਾਹੀ ਨਹੀਂ ਚੱਲੇਗੀ ਧੱਕੇ ਸ਼ਾਹੀ ਨਹੀਂ ਚੱਲੇਗੀ ਸਰਕਾਰ ਸਿੱਖਾਂ ਤੇ ਦੋਹਰਾ ਮਾਪਦੰਡ ਕਾਨੂੰਨ ਬਣਾ ਰਹੀ ਆ ਦੋਹਰਾ ਮਾਪਦੰਡ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਇੱਕ ਕਾਨੂੰਨ ਹੀ ਬਣਾਉਣਾ ਚਾਹੀਦਾ ਕਿਉਂਕਿ ਜੋ ਸਾਰਿਆਂ ਹੱਥ ਇੱਕੋ ਜਿਹਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਅਕਸਰ ਦੇਖਿਆ ਸੀ ਕਿ ਵੀ ਕਿਸਾਨ ਜਿਹੜੇ ਕਿ ਪਾਣੀਆਂ ਦੇ ਮਸਲੇ 'ਤੇ ਧਰਨੇ ਦਿੰਦੇ ਨੇ ਜਾਂ MSP ਦੀ ਕਾਨੂੰਨ ਦੀ ਗਰੰਟੀ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਸੀ ਤਾਂ ਹੁਣ ਤੁਸੀਂ ਇੱਕ ਨਵੇਕਲੀ ਮੰਗ ਕੀਤੀ ਭਾਈ ਇੱਕ ਸਰਕਾਰ ਨੇ ਉਹਨੂੰ NSA ਲਗਾਈ ਆ ਵੀ ਉਹ ਸੰਵਿਧਾਨ ਨੂੰ ਨਹੀਂ ਮੰਨਦਾ ਅੱਜ ਉਹਨੇ ਸੰਵਿਧਾਨ ਦੀ ਸਹੁੰ ਚੁੱਕ ਕੇ ਪਹਿਲੋਂ ਪੇਪਰ ਦਾਖਲ ਕੀਤੇ ਉਸ ਤੋਂ ਬਾਅਦ 'ਚ ਸੰਵਿਧਾਨ ਦੀ ਸਹੁੰ ਚੁੱਕ ਲਈ ਸਰਕਾਰ ਅੱਜ ਸਾਡੇ ਖੰਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਭਾਈ ਅੰਮ੍ਰਿਤਪਾਲ ਸਿੰਘ ਉਹਨੂੰ ਰਿਹਾਅ ਨਹੀਂ ਕਰ ਰਹੀ ਕਿਉਂਕਿ ਇਹ ਵੀ ਇੱਕ ਮੰਗ ਆ ਇਹ ਤਕੜੀ ਮੰਗ ਆ ਵੀ ਅੱਜ ਸਾਡੇ ਮੈਂਬਰ ਪਾਰਟੀ ਪਾਰਲੀਮੈਂਟ ਨੂੰ ਰਿਹਾਅ ਨਹੀਂ ਕਰ ਰਹੀ ਅਤੇ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ ਕਿਉਂਕਿ ਜਿਹੜਾ ਮੋਦੀ ਤੋਂ ਵੱਧ ਵੋਟਾਂ ਲੈ ਕੇ ਜਿੱਤਿਆ ਅੱਜ ਉਹਨੂੰ ਰਿਹਾਅ ਕਰਨਾ ਚਾਹੀਦਾ ਸਰਕਾਰ ਨੂੰ ਅਤੇ ਸਾਰਿਆਂ ਵਾਸਤੇ ਇੱਕੋ ਕਾਨੂੰਨ ਲੈ ਕੇ ਚੱਲਣਾ ਚਾਹੀਦਾ ਜਿਹੜਾ ਪੰਜਾਬ ਨਾਲ ਵੱਖਰੇ ਕਾਨੂੰਨ ਵੱਖਰੀ ਨੀਤੀ ਰੱਖ ਕੇ ਸਰਕਾਰ ਚੱਲਦੀ ਨਹੀਂ ਚੱਲਣਾ ਚਾਹੀਦਾ ਪਰ NSA ਲੱਗੀ ਹੋਈ ਸਮਝਦੇ ਵੀ NSA ਸਰਕਾਰਾਂ ਦੀ ਆਪਣੀਆਂ ਚੀਜ਼ਾਂ ਹੀ ਜਦੋਂ ਮਰਜ਼ੀ ਲਾ ਲਓ ਹੁਣ ਤੁਸੀਂ ਆ ਤੁਸੀਂ ਬੱਚੇ ਨੂੰ ਜਦੋਂ ਵੀ ਜਿਹੜੇ ਤੁਹਾਡਾ ਆਪਣਾ ਕੰਮ ਆ ਜੋ ਮਰਜ਼ੀ ਆਪਸ ਵਿੱਚ ਕਰ ਸਕਦੇ ਇਹੋ ਸਰਕਾਰਾਂ ਰਲੀਆਂ ਹੋਈਆਂ ਇਹ ਸਾਰੇ ਇੱਕੋ ਹੀ ਚੋਰ ਕੁੱਤੀ ਰਲੇ ਹੋਏ ਆ ਆਪਣਾ ਸੈਂਟਰ ਅਤੇ ਸਟੇਟ ਗੌਰਮੈਂਟ ਕਿਉਂਕਿ ਇਹ ਸਾਰੀਆਂ ਜਿੰਨੀਆਂ ਇਹ ਨਹੀਂ ਵੀ ਇਹ ਦੋ ਰਲੇ ਆ ਬਾਕੀ ਵੀ ਜਿਹੜੀਆਂ ਪਾਰਟੀਆਂ ਕਾਂਗਰਸ ਅਕਾਲੀ ਸਾਰੇ ਉਹਨੂੰ ਦੱਬਣ 'ਤੇ ਬੈਠੇ ਆ ਇਹ ਸਾਰਿਆਂ ਦੀ ਮਿਲੀ ਭੁਗਤ ਇਕੱਠੀ ਆ ਸਾਰੇ ਇਹਨੂੰ ਦੱਬ ਕੇ ਬੈਠੇ ਵੀ ਇਹਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਜੇ ਉਹ ਬਾਹਰ ਆਉਂਦਾ ਤਾਂ ਸਾਰੇ ਖਤਮ ਹੁੰਦੇ ਇਹ ਜੀ ਅਜੇ ਤਾਂ ਅੱਜ ਚਾਲੂ ਹੀ ਕੀਤਾ ਕੰਮ ਅਜੇ ਕਾਫਲਾ ਵੇਖਿਓ ਕਿੱਦਾਂ ਆਸਤਾ ਆਸਤਾ ਕਾਫਲੇ ਬਣਨਗੇ ਅਤੇ ਇੱਦਾਂ ਹੀ ਕਾਫਲੇ ਬਣਾ ਕੇ ਉਹਨੂੰ ਰਿਹਾਅ ਕਰਾ ਕੇ ਛੱਡਾਂਗੇ ਫਿਰ ਤਿੱਖੇ ਸੰਘਰਸ਼ ਹੋਣਗੇ ਜੀ ਤਿੱਖੇ ਹਾਂ ਢਿੱਲਾ ਕੰਮ ਉੱਚੀ ਬੋਲੀ ਯਾਰ ਮੜਾ ਅੱਜ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਾਰੇ ਮੇਰੇ ਸਟੇਟ ਬਾਡੀ ਜ਼ਿਲ੍ਹਾ ਪ੍ਰਧਾਨ ਅਸੀਂ ਇਕੱਠੇ ਹੋ ਕੇ DC ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਭਾਈ ਅੰਮ੍ਰਿਤਪਾਲ ਜੋ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਔਰ ਇਹਦੇ ਵਿੱਚ ਜਿਹੜੇ ਸਾਡੇ ਸਾਥੀ ਆਏ ਨੇ ਬਹੁਤ ਸਾਰਾ ਵੱਡਾ ਹਲਕਾ ਖਡੂਰ ਸਾਹਿਬ ਦਾ ਬਣਾ ਔਰ ਮੰਗ ਕਰਨ ਆਏ ਹਾਂ ਕਿ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਅੱਜ ਉਹਨਾਂ ਦੇ ਹਲਕੇ ਨੂੰ ਉਹਨਾਂ ਦੀ ਲੋੜ ਆ ਔਰ ਉਹਨਾਂ ਦੇ ਹਲਕੇ ਨੂੰ ਵਿਕਾਸ ਦੀ ਲੋੜ ਆ ਔਰ ਉਹਨਾਂ ਦੇ ਹਲਕੇ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਉਠਾਉਣ ਵਾਲਾ ਦੂਸਰਾ ਕੋਈ ਆਦਮੀ ਨਹੀਂ ਹੈ ਔਰ ਇਸੇ ਆਸ ਨਾਲ ਵੋਟਾਂ ਪਾਈਆਂ ਸੀ ਕਿ ਸਾਡਾ ਜਿਹੜਾ ਇਲਾਕਾ ਵਾ ਇਹ ਬਾਰਡਰ ਦੇ ਨਾਲ ਲੱਗਦਾ ਜਾ ਕੇ ਔਰ ਇਹਦੀ ਆਵਾਜ਼ ਜਿਹੜਾ ਭਾਈ ਅੰਮ੍ਰਿਤਪਾਲ ਉੱਥੇ ਉਠਾਉਣਗੇ ਕਿਉਂਕਿ ਅੱਜ ਬਹੁਤ ਨੌਜਵਾਨ ਨੇ ਜਿਹੜੇ ਨਸ਼ਿਆਂ ਨਾਲ ਮਰ ਰਹੇ ਨੇ ਸਰਕਾਰ ਤੋਂ ਬੇਕੰਟਰੋਲ ਨੇ ਸਰਕਾਰ ਕੰਟਰੋਲ ਨਹੀਂ ਕਰ ਪਾ ਰਹੀ ਨਸ਼ਿਆਂ 'ਤੇ ਇਸ ਕਰਕੇ ਉਹਨਾਂ ਉੱਪਰ ਜਿਹੜੀ NSA ਲਗਾਈ ਗਈ ਆ ਉਹ ਬੇਬੁਨਿਆਦ ਆ ਕੋਈ ਉੱਥੇ ਤੁੱਕ ਨਹੀਂ ਬਣਦਾ ਹੈਗਾ ਕਿਉਂਕਿ ਮਾਮੂਲੀ ਇੱਕ ਪਰਚਾ ਵਾ ਕੋਈ ਵੀ ਦੇਸ਼ ਦਰੋਹ ਦਾ ਕੰਮ ਨਹੀਂ ਕੀਤਾ ਗਿਆ ਜਿਸ ਕਾਰਨ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਜਾਵੇ ਅਤੇ ਮੰਗ ਕਰਨਾ ਅੱਜ ਪਹਿਲੀ ਵਾਰ ਕੋਈ ਕਿਸਾਨ ਜਥੇਬੰਦੀ ਜਿਹੜੀ ਆ ਉਹ ਇਸ ਮੁੱਦੇ ਨੂੰ ਉਠਾਇਆ ਵਾ ਔਰ ਆਸ ਕਰਦੇ ਹਾਂ ਵੀ ਇਹ ਮੁੱਦਾ ਜਿਹੜਾ ਅੱਗੇ ਦੀ ਅੱਗੇ ਇੱਕ ਲਹਿਰ ਬਣ ਜੂਗਾ
ਅਸੀਂ ਅੱਗੇ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਿੱਧਾ ਮੰਗ ਪੱਤਰ ਵੀ ਦੇਵਾਂਗੇ ਜਥੇਬੰਦੀਆਂ ਵੱਲੋਂ, ਫਿਰ ਗਵਰਨਰ ਸਾਹਿਬ ਨੂੰ, ਫਿਰ ਅੱਗੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਕੇ ਸਰਕਾਰਾਂ ਨੂੰ ਮਜਬੂਰ ਕਰਾਂਗੇ ਕਿ ਉਹਨਾਂ ਨੂੰ ਰਿਹਾਅ ਕੀਤਾ। ਫਿਰ ਅਗਲੇ ਬੰਨੇ ਜੋ ਕੁਝ ਚੱਲਦਾ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ ਜੀ। Subscribe to One India channel and never miss an update.